ਮਾਹਲਪੁਰ ਦੇ ਨਾਲ ਲੱਗਦੇ ਪਿੰਡ ਸੁੰਨੀ ਵਿਖੇ ਇੱਕ 67 ਸਾਲਾ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਿਸ ਦੀ ਪਹਿਚਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ। ਇਸ ਸੰਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਪਸ਼ੂਆਂ ਦੇ ਵਾੜੇ ਵਿੱਚ ਹਰ ਰਾਤ ਨੂੰ ਸੌਂਦਾ ਸੀ ਤੇ ਸਵੇਰ ਨੂੰ ਘਰ ਆ ਜਾਂਦਾ ਸੀ, ਪਰ ਅੱਜ ਜਦੋਂ ਸਵੇਰੇ ਮ੍ਰਿਤਕ ਜਸਵਿੰਦਰ ਸਿੰਘ ਨੂੰ ਫੋਨ ਕੀਤਾ ਤਾਂ ਉਸਨੇ ਫੋਨ ਨਹੀਂ ਚੱਕਿਆ, ਜਿਸ ਤੋਂ ਬਾਅਦ ਜਦੋਂ ਉਹ ਪਸ਼ੂਆਂ ਦੇ ਵਾੜੇ ਆਏ ਤਾਂ ਦੇਖਿਆ ਕਿ ਜਸਵਿੰਦਰ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋ ਚੁੱਕਾ ਸੀ। ਉਧਰ DSP ਗੜਸ਼ੰਕਰ ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੱਲ ਪਤਾ 4:30 ਵਜੇ ਅੱਗੇ ਤਾਂ ਘਰ ਆ ਜਾਂਦੇ ਬੜੇ ਸੋਹਣੇ ਧਾਰਾਂ ਧੂਰਾਂ ਚੋ ਕੇ। ਜਦ ਮੈਂ ਇੱਥੇ ਆਈ ਹਾਂ ਪਹਿਲਾਂ ਘਰ ਮੈਂ ਚਾਹ ਬਣਾਈ, ਗੁਰਦੁਆਰੇ ਮੈਂ ਗਈ ਖਾਣ ਕੇ, ਮੈਂ ਚਾਹ ਕੱਪ 'ਚ ਪਾ ਕੇ ਫਿਰ ਮੈਂ ਫੋਨ ਕੀਤਾ, 3 ਵਾਰੀ ਫੋਨ ਲਾਇਆ, ਇਹਨੇ ਫੋਨ ਨਹੀਂ ਚੱਕਿਆ ਮੈਂ ਇੱਥੇ ਨੂੰ ਆ ਗਈ। ਇੱਥੇ ਆਣ ਕੇ ਜਦ ਮੈਂ ਦੇਖਿਆ ਅਤੇ ਮੈਂ ਤਾਂ ਬਾਂਹ ਨੂੰ ਹਿਲਾਉਣੀ ਆ, ਤਾਂ ਜਦ ਮੂੰਹ ਦੇਖਿਆ ਆਇਆ ਨੂੰ ਫੋਨ ਨਾਲ ਹੱਥ ਪੱਥ ਹੋ ਗਏ। ਫਿਰ ਮੈਂ ਆਪਣੇ ਨਿਆਣਿਆਂ ਨੂੰ ਫੋਨ ਕੀਤਾ ਘਰ ਨੂੰ, ਇਹ ਦੋਨੇ ਆ ਗਏ ਨੱਠੇ ਆਣ ਕੇ, ਇਹਨਾਂ ਨੇ ਦੇਖਿਆ। ਫਿਰ ਇਹਨੇ ਸਰਪੰਚ ਨੂੰ ਫੋਨ ਕੀਤਾ, ਸਰਪੰਚਣੀ ਆ ਗਈ, ਉਹ ਵੀ ਆ ਗਿਆ, ਸਰਪੰਚ ਵੀ ਆ ਗਿਆ। ਫਿਰ ਇਹਨੇ ਆਪਣੇ ਚਾਚਾ ਇਹਨਾਂ ਦਾ ਬਾਹਰੋਂ ਆਇਆ ਪਰਸੋਂ, ਉਹਨੂੰ ਮੁੰਡੇ ਨੇ ਫੋਨ ਕੀਤਾ ਕਿ ਚਾਚਾ ਛੇਤੀ ਇੱਥੇ ਨੂੰ ਵਾੜੇ ਨੂੰ ਆਈ ਸਾਡੇ ਨੂੰ, ਉਹ ਵੀ ਆ ਗਿਆ, ਉਹ ਆਣ ਕੇ ਵੀ ਦੇਖਿਆ, ਸਾਰਿਆਂ ਨੇ ਦੇਖਿਆ। ਫਿਰ ਕੀ ਜੋ ਬਣਨਾ ਪੁੱਤ ਉਹ ਤਾਂ ਪਹਿਲਾਂ ਹੀ ਬਣਿਆ ਹੈ ਸਾਰਾ। ਹਾਂਜੀ, ਜਿੱਦਾਂ ਮੇਰੇ ਡੈਡੀ ਇੱਥੇ ਰਾਤ ਨੂੰ ਸੌਂਦੇ ਹੁੰਦੇ ਸੀ ਵਾੜੇ ਪਸ਼ੂਆਂ ਕੋਲ, ਵੀ ਸਾਰੇ ਵਾੜੇ ਹੀ ਹੁੰਦੇ ਸੀਗੇ। ਰਾਤੀਂ ਜਿੱਦਾਂ ਘਰੋਂ ਰੋਟੀ ਲੈ ਕੇ ਆਏ ਆ ਕੇ ਰੋਟੀ ਇੱਥੇ ਬਹਿ ਕੇ ਖਾਂਦੇ ਹੁੰਦੇ ਸੀਗੇ ਪਸ਼ੂਆਂ ਕੋਲ, ਤਾਂ ਰਾਤੀਂ 8 ਵਜੇ ਉਹ ਘਰੋਂ ਆਏ ਆ, ਤਾਂ ਅਸੀਂ ਜਾਂ ਸਵੇਰੇ ਪਸ਼ੂ ਚੋ ਕੇ ਸਵੇਰ ਨੂੰ 4 ਵਜੇ ਘਰ ਨੂੰ ਚਲ ਜਾਂਦੇ ਹੁੰਦੇ ਆ। ਜਿੱਦਾਂ ਅਸੀਂ ਮਾਤਾ ਨੇ ਫੋਨ ਕੀਤਾ ਸਵੇਰੇ ਜਿੱਦਾਂ ਲੇਟ ਹੋ ਗਿਆ, ਜਦ ਚੱਕਿਆ ਨਹੀਂ ਫੋਨ ਤਾਂ ਆ ਕੇ ਦੇਖਿਆ ਤਾਂ ਮੰਜੇ 'ਤੇ ਜਿੱਦਾਂ ਲੰਮੇ ਪਏ, ਇੱਦਾਂ ਕਿਸੇ ਨੂੰ ਦੇ ਸੱਟਾਂ ਵਾਹ ਮਾਰੀਆਂ ਸੀ, ਕਿੱਦਾਂ ਮੂੰਹ 'ਤੇ ਸੱਟਾਂ ਲੱਗੀਆਂ, ਵੱਢ ਦਿੱਤਾ ਕਿਸੇ ਨੇ, ਜਿੱਦਾਂ ਉਹਨਾਂ ਦੀ ਡੈਥ ਹੋ ਗਈ। ਇੱਦਾਂ ਆ ਕੇ ਫਿਰ ਆ ਕੇ ਸਰਪੰਚ ਨੂੰ ਕੀਤਾ, ਹੁਣ ਪੁਲਿਸ ਮੁਲਾਜ਼ਮਾਂ ਨੂੰ ਕੀਤਾ, ਉਹ ਆਪਣੀ ਕਾਰਵਾਈ ਕਰਦੇ। ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਜਿਹਨੇ ਵੀ ਇਹ ਕੰਮ ਕੀਤਾ ਉਹਨੂੰ ਉਹ 'ਤੇ ਕਾਰਵਾਈ ਕੀਤੀ ਜਾਵੇ। ਜਸਵਿੰਦਰ ਸਿੰਘ ਸਨੋ ਫਕੀਰੀਆ, ਇਹਨਾਂ ਦੀ ਉਮਰ ਹੈ ਤਕਰੀਬਨ 67-68 ਸਾਲ। ਇਹ ਬਾਰ ਬਾਰ ਪਿੰਡ ਸੁੰਨੀ ਦੇ ਬਾਰ ਬਾਰ ਵਾੜੇ ਦੇ ਵਿੱਚ ਰੋਜ਼ ਹੀ ਸ਼ਾਮ ਨੂੰ 7 ਵਜੇ ਆ ਕੇ ਸੋ ਜਾਂਦੇ ਸੀ, ਆਪਣੇ ਰੋਟੀ ਉੱਥੋਂ ਘਰੋਂ ਲੈ ਕੇ ਵਾੜੇ 'ਚ ਹੀ ਕਹਿੰਦੇ ਸੀ। ਅਤੇ ਹੁਣ ਸਵੇਰੇ ਪਤਾ ਲੱਗਿਆ ਵੀ ਇਹਨਾਂ ਦੇ ਮੱਥੇ ਦੇ ਵਿੱਚ ਕੋਈ ਸੱਟ ਵੱਜੀ ਹੋਈ, ਸੁੱਤੇ ਪਿਆਂ ਦੇ ਕੋਈ ਸੱਟ ਮਾਰੀ ਆ ਅਤੇ ਇਹਨਾਂ ਦੀ ਮੌਤ ਹੋ ਗਈ। ਬਾਕੀ ਹੁਣ ਅੱਗੇ ਲਈ ਦੇ ਮੁਕਦਮਾ ਦਰਜ ਕਰਕੇ ਤਫਤੀਸ਼ ਅੱਗੇ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਦੇ ਪਿੰਡ ਚੁੰਨੀ ਖੁਰਦ ਵਿਖੇ ਵੀ ਇੱਕ 60 ਸਾਲਾ ਬਜ਼ੁਰਗ ਦਾ ਕਿਸੇ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ, ਜਿਸ ਦੀ ਪਹਿਚਾਣ ਗੁਰਮੀਤ ਸਿੰਘ ਵਜੋਂ ਹੋਈ ਹੈ। ਇਸ ਸੰਬੰਧੀ ਮ੍ਰਿਤਕ ਦੇ ਲੜਕੇ ਅਮਰਜੀਤ ਸਿੰਘ ਨੇ ਦੱਸਿਆ ਕਿ ਉਸਦਾ ਪਿਤਾ ਨਾਲ ਵਾਲੇ ਘਰ ਵਿੱਚ ਬਾਹਰ ਸੌਂਦਾ ਸੀ ਤੇ ਬੀਤੀ ਰਾਤ ਉਹ ਰੋਟੀ ਖਾ ਕੇ ਘਰ ਵਿੱਚ ਸੌਣ ਲਈ ਚਲੇ ਗਏ ਤੇ ਸਵੇਰੇ ਉਹਨਾਂ ਨੂੰ ਗੁਆਂਢੀਆਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦਾ ਕਤਲ ਹੋ ਗਿਆ ਹੈ। ਉਧਰ DSP ਸੁਖਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੈਂ ਜੀ ਰਾਤ ਡਿਊਟੀ ਕਰਕੇ ਆਇਆ ਜੀ, 9 ਵਜੇ ਦੇ ਕਰੀਬ ਆਪਣੇ ਘਰ ਆ ਜਾ, ਘਰ ਆ ਕੇ ਅਸੀਂ ਪੈ ਗਏ, ਬਾਪੂ ਉਹਦੇ ਰੋਟੀ ਖਾ ਕੇ ਚਲੇ ਗਿਆ ਤਾ ਜੀ। ਕੀ ਨਾਮ ਸੀ ਉਹਦਾ? ਬਾਪੂ ਦਾ ਨਾਮ ਗੁਰਮੀਤ ਸਿੰਘ ਹੈ ਜੀ। ਕਿੰਨੇ ਸਾਲ ਦੇ? 60 ਸਾਲ ਦੇ ਕਰੀਬ ਉਮਰ ਹੈ ਜੀ। ਓਕੇ, ਅਤੇ ਅੱਗੇ ਕੀ ਹੋਇਆ? ਬਸ ਅਸੀਂ ਉਹ ਤੋਂ ਬਾਅਦ ਅਸੀਂ ਪੈ ਗਏ ਜੀ, ਸੌਂ ਗਏ ਸੀਗੇ। ਬਸ ਫਿਰ ਸਵੇਰ ਵਕਤ ਜੀ ਅਸੀਂ ਇੱਥੇ ਬੈਠੇ ਹਾਂ, ਆ ਕੇ ਫਿਰ ਮੇਰਾ ਗੇਟ ਖੜਕਾਇਆ ਮੈਨੂੰ ਜੀ, ਲਾਗ ਗੁਆਂਢੀ ਦੇ ਉਹ ਲੈ ਗਿਆ ਬੁਲਾ ਗਿਆ। ਫਿਰ ਜਾ ਕੇ ਦੇਖਿਆ ਜੀ ਬਾਪੂ ਮਾਰਿਆ ਪਿਆ। ਕਿੰਨੇ ਵਜੇ ਦਾ ਟਾਈਮ ਸੀਗਾ? 6 ਵਜੇ ਦੇ ਕਰੀਬ ਜਾ ਕੇ ਦੇਖਿਆ ਜੀ। ਹਾਂ ਜੀ, ਕੋਈ ਰੰਜਿਸ਼ ਨਹੀਂ ਹੈ ਜੀ, ਕਿਆ ਕਹਿ ਸਕਦੇ ਜੀ ਹੁਣ। ਰਵਾਵਰਜੀਤ ਸਿੰਘ ਜੀ। ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਦੇ ਇਹ ਮੰਗ ਕਰਦੇ ਜੀ ਹੱਥ ਛੋੜ ਕੇ ਬਈ ਨਿਆਂ ਮਿਲਣਾ ਚਾਹੀਦਾ। ਕੋਈ ਪੁਰਾਣੀ ਰੰਜਿਸ਼ ਨਹੀਂ ਸੀ ਕਿਸੇ ਤਰ੍ਹਾਂ ਦੀ ਕਿਸੇ ਨਾਲ? ਕੋਈ ਰੰਜਿਸ਼ ਨਹੀਂ ਜੀ। ਗੁਰਮੀਤ ਸਿੰਘ ਸੀ ਤਕਰੀਬਨ 60 ਸਾਲ ਦਾ। ਇਹਦਾ ਰਾਤ ਨੂੰ ਇਹ ਬਾਹਰ ਹੀ ਪੈਂਦਾ ਹੁੰਦਾ ਸੀਗਾ ਅਤੇ ਇਹਦਾ ਰਾਤ ਨੂੰ ਕੁਛ ਤੇਜ਼ ਧਾਰ ਹਥਿਆਰ ਨਾਲ ਮਰਡਰ ਕੀਤਾ ਗਿਆ। ਇਹਦੇ 2 ਲੜਕੇ ਨੇ, ਕਰਮਜੀਤ ਸਿੰਘ ਅਤੇ ਅਮਰਜੀਤ ਸਿੰਘ। ਤੋਂ ਕੁਛ ਬਰਾਮਦੀ ਵੀ ਹੋਈ ਹੈ? ਕੁਛ ਤੇਜ਼ ਧਾਰ ਹਥਿਆਰ ਵਗੈਰਾ? ਨਹੀਂ, ਫਿਲਹਾਲ ਹਜੇ ਕੋਈ ਬਰਾਮਦਗੀ ਨਹੀਂ ਹੋਈ ਹੈ। ਇਹ ਕੋਈ ਰੰਜਸ਼ ਜੀ ਦਾ ਕੁਛ ਨਹੀਂ, ਹਜੇ ਫਿਲਹਾਲ ਇਸ ਬਾਰੇ ਹਜੇ ਕੁਛ ਨਹੀਂ ਪਤਾ ਲੱਗਿਆ ਹੈਗਾ ਅਤੇ ਕੇਸ ਰਜਿਸਟਰ ਕਰਤਾ ਅਤੇ ਭਾਲ ਕਰ ਰਿਹਾ। ਸਾਰੇ ਅਫਸਰ SSP ਸਰ ਵੀ ਆਏ ਸੀਗੇ, ਮੈਡਮ ਆਏ ਸੀਗੇ, SPD ਸਾਹਿਬ, DSPD ਸਾਰੇ ਅਫਸਰ ਇੱਥੇ ਆਏ। ਇਹਦੇ ਨਾਲ ਗਲ ਕੋਲੇ ਸੀਗੇ ਨਿਸ਼ਾਨ, 3 ਨਿਸ਼ਾਨ ਸੀਗੇ ਇਹਦੇ ਗਲ ਕੋਲੇ।
रात नूं होया लेकिन मॉर्निंग अतला मिली है 7:30 बजे।